ਅੱਜ ਸਾਡੀ ਮੋਗਾ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਮੀਟਿੰਗ ਕੀਤੀ ਹੈ। ਇਹਦਾ ਏਜੰਡਾ ਸੀਗਾ ਪਹਿਲੀ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਦੇ ਵਾਸਤੇ ਦਸਤੀ ਮੁਹਿੰਮ ਨੂੰ ਤੇਜ਼ ਕਰਨਾ। ਦੂਸਰਾ ਸੀਗਾ ਕਿ ਬੂਥ ਕਮੇਟੀਆਂ ਜਿਹੜੀਆਂ ਅਸੀਂ ਪਿੰਡ ਲੈਵਲ 'ਤੇ ਜਿਹੜੀਆਂ ਬਣਾ ਰਹੇ ਹਾਂ ਉਹਦੇ ਬਾਰੇ। ਦੇਖੋ ਐਂ ਲੱਗਦਾ ਕਿ ਪੰਜਾਬ 'ਚ ਕੋਈ ਸਰਕਾਰ ਹੈ ਹੀ ਨਹੀਂ। ਪੰਜਾਬ 'ਚ ਨਿੱਤ ਰੋਜ਼ ਕਤਲ, ਲੁੱਟਾਂ ਖੋਹਾਂ, ਰੋਤੀਆਂ, ਔਰ ਜੋ ਸਹੀ ਉਹਨਾਂ ਦਾ ਝੂਠ ਮਾਰ ਕੇ ਜਿਹੜਾ ਝੂਠ ਮਾਰਿਆ ਸੀਗਾ ਕਿ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਉਹਨਾਂ 'ਚੋਂ ਇੱਕ ਵੀ ਮੱਦ ਜਿਹੜੀ ਅੱਜ ਤੱਕ ਪੂਰੀ ਨਹੀਂ ਕੀਤੀ। ਸੇਖੋਂ ਸਾਹਿਬ, ਜੀਰਾ ਵਿਖੇ ਜਿਹੜਾ ਸ਼ਰਾਬ ਫੈਕਟਰੀ ਦਾ ਵਿਵਾਦ ਚੱਲਦਾ ਪਿਆ, ਅਕਾਲੀ ਦਲ ਕਿਸ ਤਰੀਕੇ ਦੇਖਦੇ? ਦੇਖੋ ਅਕਾਲੀ ਦਲ ਦੇ ਵਰਕਰ ਉੱਥੇ ਜਾਂਦੇ ਆ, ਸਾਰੇ ਅਕਾਲੀ ਦਲ ਦਾ ਹੀ ਆਲਾ ਡੁਆਲਾ ਸਾਰਾ ਉੱਥੇ, ਜਿਹੜੇ ਉਹ 20-22 ਪਿੰਡ ਆ ਉਹਨਾਂ 'ਚ ਅਕਾਲੀ ਦਲ ਦੀ ਮੈਜੋਰਟੀ ਆ, ਉੱਥੇ ਜਾਂਦੇ ਆ। ਔਰ ਬੜੀ ਜਾਇਜ਼ ਗੱਲ ਹੈ ਉਹ ਕਿ ਉਹਨਾਂ 20-22 ਪਿੰਡਾਂ ਦਾ ਪਾਣੀ ਹੈ ਜਿਹੜਾ ਉਹ ਪ੍ਰਦੂਸ਼ਿਤ ਹੋ ਰਿਹਾ, ਔਰ ਉਸ ਨੂੰ ਸਰਕਾਰ ਬਜਾਏ ਕਿ ਗੱਲਬਾਤ ਰਾਹੀਂ ਹੱਲ ਕਰਨ ਦੇ ਲਾਠੀ ਚਾਰਜ ਕਰਕੇ ਭਜਾ ਰਹੀ ਹੈ ਜਥੇਬੰਦੀਆਂ। ਇਹ ਬਹੁਤ ਨਿੰਦਣਯੋਗ ਘਟਨਾ। ਸਰ ਸਾਹਿਬ, ਕੱਲ੍ਹ ਸਾਬਕਾ CM ਸਾਹਿਬ ਪਹੁੰਚੇ ਨੇ ਇੰਡੀਆ ਵਾਪਸ, ਸਿੱਧਾ ਚੱਲਦੇ ਨੇ ਮੂਸੇਵਾਲਾ। ਦੇਖੋ ਜੀ, ਉਹ ਤਾਂ ਉਹਦਾ ਕੰਮ ਹੈ, ਅੱਜ ਉਹ ਗੱਲਾਂ ਅੱਜ ਵੀ ਬਹੁਤ ਵੱਡੀਆਂ ਵੱਡੀਆਂ ਕਰਦਾ ਸੀ, ਸਾਰਾ ਆਪ ਵਾਲਿਆਂ 'ਤੇ ਸਿੱਟ ਰਿਹਾ ਸੀ, ਸਾਰਾ ਕੁਛ ਕਰ ਰਿਹਾ ਸੀ, ਪਰ ਉਹਦਾ ਜਿਹੜਾ 3-4 ਮਹੀਨੇ ਦਾ ਦੌਰ ਸੀ, ਜਿੰਨਾ ਉਹ ਮਾੜਾ ਨਿਕਲਿਆ ਮੈਂ ਨਾ ਵੀ ਕੋਈ ਗੱਲ ਹੀ ਨਹੀਂ। ਸਰ, ਕਾਨੂੰਨ ਵਿਵਸਥਾ ਵੀ ਬੁਰੀ ਤਰ੍ਹਾਂ ਨਾਲ ਫੇਲ ਆ ਪੰਜਾਬ ਦੇ ਵਿੱਚ, ਟੋਟਲ ਫੇਲਰ ਹੈ ਜੀ ਕਾਨੂੰਨ ਵਿਵਸਥਾ, ਕੋਈ ਲਾਅ ਐਂਡ ਆਰਡਰ ਨਹੀਂ। ਤੁਸੀਂ ਇਹ ਸਮਝ ਲਓ ਵੀ ਗਵਰਨਰ ਰੂਲ ਵੀ ਇਦੋਂ ਚੰਗਾ ਹੁੰਦਾ, ਕੋਈ ਕਿਸੇ ਦੀ ਪੁੱਛਗਿੱਛ ਨਹੀਂ, ਕੁਛ ਨਹੀਂ ਹੈ। ਆਏ ਦਿਨ ਹੀ ਸਰ ਫਰੋਤੀਆਂ ਮੰਗਣ ਦੀਆਂ ਜਿਹੜੀਆਂ ਫੋਨ ਕਾਲ ਆਉਂਦੀਆਂ। ਇੱਕ ਪੰਜਾਬ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ, ਲੋਕ ਸਹਿਮੇ ਜੇ ਹੈ ਕਿ ਪਤਾ ਨਹੀਂ ਅੱਜ ਕੀ ਹੋ ਜਾਣਾ, ਪਤਾ ਨਹੀਂ ਅੱਜ ਕੀ ਹੋ ਜਾਣਾ। ਹਰੇਕ ਜੋ ਨਾਗਰਿਕ ਪਹਿਲੀ ਸਾਡੇ ਲੋਕ ਕੀ ਚਾਹੁੰਦੇ ਆ ਜੀ, ਸਭ ਤੋਂ ਪਹਿਲਾਂ ਤਾਂ ਇਹ ਚਾਹੁੰਦੇ ਆ ਕਿ ਅਸੀਂ ਆਜ਼ਾਦੀ ਨਾਲ ਫਿਰ ਤੁਰ ਸਕੀਏ, ਆਪਦਾ ਕਾਰੋਬਾਰ ਕਰ ਸਕੀਏ। ਹੁਣ ਇੱਕ ਪਾਸੇ ਤਾਂ CM ਸਾਹਿਬ ਗਏ ਹੋਏ ਆ ਸਾਊਥ 'ਚ ਵੀ ਅਸੀਂ ਇਨਵੈਸਟ ਕਰਾਉਣਾ, ਹੈਂਜੀ, ਅਤੇ ਇਨਵੈਸਟ ਕੇ ਇਹੋ ਜਿਹੇ ਮਾਹੌਲ 'ਚ ਕੋਈ ਇਨਵੈਸਟਮੈਂਟ ਕਰੂਗਾ? ਮੇਨ ਮੁੱਦਾ ਇਸ ਵੇਲੇ ਜਿਹੜਾ ਹੈਗਾ ਜੀ ਕਿਸਾਨਾਂ ਦਾ, ਔਰ ਸਾਰੇ ਪਾਸੇ ਜਿਹੜਾ ਹੈਗਾ ਪ੍ਰਦਰਸ਼ਨ ਚੱਲ ਰਿਹਾ, ਜਿਵੇਂ ਆਪਾਂ ਜੀਰੇ ਦੀ ਪਹਿਲਾਂ ਗੱਲ ਕੀਤੀ, ਉਸ ਤੋਂ ਬਾਅਦ ਉਹ ਸਾਰੇ ਟੋਲ ਪਲਾਜ਼ਾ ਘਿਰੇ ਹੋਏ ਨੇ। ਮੈਂ ਤੁਹਾਨੂੰ ਇੱਕੋ ਗੱਲ ਦੱਸਤੀ ਕਿ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂ ਪੰਜਾਬ 'ਚ, ਅਜੇ ਤਾਂ 10 ਮਹੀਨੇ ਹੋਏ ਆ, ਤੁਸੀਂ ਵੇਖਿਓ 4 ਸਾਲਾਂ 'ਚ ਲੋਕਾਂ ਦੀ ਬੱਸ ਕਰਾ ਦੇਣਗੇ, ਇੰਨਾ ਮਾੜਾ ਹਾਲ। 2024 ਦੀਆਂ ਚੋਣਾਂ ਆ ਰਹੀਆਂ ਜੀ, ਹੈਂਜੀ, 2024 ਚੋਣਾਂ ਹੋਣਗੀਆਂ ਜੀ, ਹਾਂਜੀ। ਅਕਾਲੀ ਦਲ ਦਾ ਕੀ ਸਟੈਂਡ ਰਹੂਗਾ? ਅਕਾਲੀ ਦਲ ਦਾ ਤਾਂ ਪਹਿਲਾਂ ਵੀ ਜੀ ਲੋਕ ਹਿੱਤ ਦੇ ਵਿੱਚ ਰਹੇ ਹਾਂ, ਅਸੀਂ ਤਾਂ ਡੈਮੋਕ੍ਰੈਟਿਕ ਢੰਗ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਪਿੰਡ ਲੈਵਲ 'ਤੇ ਇੱਕ ਇਕਾਈ ਜੇ ਮੰਨ ਲਈਏ ਪਿੰਡ ਨੂੰ, ਤਾਂ ਜੋ ਕੁਛ ਪਿੰਡ ਦੀ ਪ੍ਰੋਗਰੈਸ ਹੋਈ ਹੈ, ਚਾਹੇ ਉਹ ਸਕੂਲ ਹੈ, ਚਾਹੇ ਉਹ ਬਿਜਲੀ ਘਰ ਹੈ, ਚਾਹੇ ਕੋਈ ਵਾਟਰ ਵਰਕਸ ਹੈ, ਚਾਹੇ ਕੋਈ ਗਲੀਆਂ ਪੱਕੀਆਂ ਕਰਨ ਦੀ ਗੱਲ ਹੈ, ਜਾਂ ਮੁਫਤ ਟਿਊਬਵੈਲ ਕਨੈਕਸ਼ਨ ਦੇਣ ਦੀ ਗੱਲ ਹੈ, ਜਾਂ ਐਜੂਕੇਸ਼ਨ ਦੀ ਗੱਲ ਹੈ, ਉਹ ਸਾਡੇ ਵੇਲੇ ਹੋਈ ਹੈ। ਇਹ ਤਾਂ ਸਿਰਫ ਅਤੇ ਸਿਰਫ ਝੂਠ ਮਾਰਦੀ ਹੈ, ਪਹਿਲਾਂ 5 ਸਾਲ ਕਾਂਗਰਸ ਨੇ ਮਾਰੇ ਅਤੇ ਹੁਣ ਇਹ ਮਾਰੀ ਜਾਂਦੀ। ਗੱਠਜੋੜ ਹੋਏਗਾ ਜੀ ਦੁਬਾਰਾ? ਹਾਂਜੀ ਬਿਲਕੁਲ ਹੋਊਗਾ, ਨਹੀਂ ਹੋਊਗਾ ਇਹ ਹਾਈ ਕਮਾਂਡ ਨੂੰ ਪਤਾ। ਨਹੀਂ ਇਸ ਬਾਰੇ ਨਹੀਂ, ਹਾਂਜੀ ਤੁਸੀਂ ਪੜ੍ਹਿਆ ਹੋਣਾ 2-3 ਦਿਨ ਪਹਿਲਾਂ ਕਿ ਪ੍ਰਧਾਨ ਨੇ ਕਿਹਾ ਸੀਗਾ ਕਿ ਮੇਰੇ 'ਤੇ ਛੱਡੋ, ਕਿ BJP ਨਾਲ ਰਾਜੀਨਾਮਾ ਅਲਾਇੰਸ ਕਰਨਾ ਨਹੀਂ ਕਰਨਾ, ਅਸੀਂ ਛੱਡਤਾ, ਅਸੀਂ ਉਹਦੇ ਬਾਰੇ ਬਿਆਨ ਹੀ ਨਹੀਂ ਦੇ ਸਕਦੇ।